ਪਰੋ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਤੋਂ ਜਿੱਤੇ 트리플 ਮਰਡਰ ਕੀਤਾ ਗਿਆ ਜੀਆਂ ਦਾਦੇ ਕਿ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਰਨਤਾਰਨ ਦੇ ਪਿੰਡ ਟੁੰਗ ਦੇ ਵਿੱਚ ਦੇਖ ਸਕਦੇ ਹੋ ਪਤੀ ਪਤਨੀ ਔਰ ਇੱਕ ਉਹਨਾਂ ਦੀ ਪਰਜਾਈ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਪਤੀ ਪਤਨੀ ਦੀਆਂ ਤਸਵੀਰਾਂ ਨੇ ਤੇ ਨਾਲ ਉਹਨਾਂ ਦੀ ਪਰਜਾਈ ਦੀਆਂ ਤਸਵੀਰਾਂ ਜਿਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬਦਮਾਸ਼ਾਂ ਦੇ ਵੱਲੋਂ ਦੇਖ ਸਕਦੇ ਹੋ ਟ੍ਰਿਪਲ ਮਰਡਰ ਕੀਤਾ ਗਿਆ ਕਿਸ ਪ੍ਰਕਾਰ ਵਾਰਦਾਤਾਂ ਪੰਜਾਬ ਦੇ ਵਿੱਚ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮਰਡਰ ਦੀਆਂ ਦਿਨ ਦਿਹਾੜੇ ਮਰਡਰ ਜਿਹੜੇ ਆ ਹੋ ਰਿਹਾ ਪੰਜਾਬ ਦੇ ਵਿੱਚ ਤੇ ਆ ਘਰ ਦਾ ਹਾਲ ਦੇਖ ਸਕਦੇ ਹੋ ਤੁਸੀਂ ਇਹ ਘਰ ਦਾ ਹਾਲ ਦਾਦ ਦੇ ਕਿ ਬੀਤੀ ਰਾਤ ਨੂੰ ਇਹ ਕਤਲ ਹੋਇਆ ਜੀਆਂ ਦਾਦ ਦੇ ਕਿ ਇਕਬਾਲ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਤੇ ਉਸ ਦੀ ਭਝਾਈ ਸੀਤਾ ਕੌਰ ਘਰ ਦੇ ਵਿੱਚ ਹੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤੇ ਤਿੰਨਾਂ ਦੀਆਂ ਲਾਸ਼ਾਂ ਦਾ ਦੇ ਕੇ ਤਿੰਨਾਂ ਦੀਆਂ ਲਾਸ਼ਾਂ ਘਰ ਦੇ ਵਿੱਚ ਹੀ ਅਲੱਗ-ਅਲੱਗ ਕਮਰਿਆਂ 'ਚ ਪਈਆਂ ਹੋਈਆਂ ਸੀ ਤੇ ਉਹਨਾਂ ਦੇ ਹੱਥ ਪੈਰ ਵੀ ਬੰਨੇ ਹੋਏ ਸੀ ਤੇ ਪੂਰੇ ਦਾ ਪੂਰਾ ਦੇਖ ਸਕਦੇ ਹੋ ਤੁਸੀਂ ਇਹ ਟ੍ਰਿਪਲ ਮਾਰਡਰ ਜੋ ਹੋਇਆ ਇੱਕ ਸਨਸਣੀ ਜਿਹੜੀ ਹੈ ਬਣਾ ਦਿੱਤੀ ਹੈ ਡਰ ਦਾ ਮਾਹੌਲ ਬਣਾ ਦਿੱਤਾ ਪਿੰਡ ਤੁੰਗ ਹਰੀਕੇ ਪੱਤਮ ਦੇ ਕੋਲ ਪੈਂਦਾ ਪਿੰਡ ਤੁੰਗ ਜਿੱਥੇ ਬਾਰਦਾਤ ਕਰਕੇ ਗਏ ਨੇ ਦੇਖ ਸਕਦੇ ਹੋ ਗੁੰਡੇ ਅੱਧੀ ਰਾਤ ਨੂੰ ਆ ਕੇ ਮਾਰ ਜਾਂਦੇ ਆ ਤਿੰਨੇ ਜੀਆਂ ਨੂੰ ਤਾਂ ਤਸਵੀਰ ਦੇਖ ਸਕਦੇ ਹੋ ਹਾਲਾਂਕਿ ਮਾਮਲਾ ਕੀ ਹੈ ਕਾਫੀ ਗੁੰਝਲਦਾਰ ਮਾਮਲਾ ਜਿਹੜਾ ਲੱਗ ਰਿਹਾ ਕਿ ਤਨਾ ਕਿਤੇ ਕਿਉਂਕਿ ਲਾਸ਼ਾਂ ਜਦੋਂ ਮਿਲੀਆਂ ਅਲੱਗ-ਅਲੱਗ ਕਮਰਿਆਂ ਚੋਂ ਮਿਲੀਆਂ ਤੇ ਉਹਨਾਂ ਦੇ ਹੱਥ ਪੈਰ ਵੀ ਬੰਨੇ ਹੋਏ ਸੀ ਹੱਥ ਪੈਰ ਵੀ ਬੰਨੇ ਹੋਏ ਸੀ ਤਾਂ ਦੇਖ ਸਕਦੇ ਹੋ ਤੁਸੀਂ ਤਰਨ ਤਾਰਨ ਦਾ ਕਸਬਾ ਹੈ ਹਰੀਕੇ ਪੱਤਨ ਤੇ ਉਹਦੇ ਕੋਲੇ ਪਿੰਡ ਪੈਂਦਾ ਤੁੰਗ ਤੁੰਗ ਪਿੰਡ ਦੇ ਵਿੱਚ ਅੱਧੀ ਰਾਤ ਨੂੰ ਡਰਾ ਦੇਣ ਵਾਲੀ ਘਟਨਾ ਵਾਪਰੀ ਹੈ ਪੂਰਾ ਪਿੰਡ ਸਹਿਮ ਦੇ ਮਾਹੌਲ ਹੈ ਟਾ ਸਹਿਮ ਦੇ ਸائے ਹੈ ਟਾ ਦੇਖ ਸਕਦੇ ਹੋ ਕਿਵੇਂ ਘਰ ਦੀਆਂ ਅਲਮਾਰੀਆਂ ਕਬੂਡ ਸਭ ਕੁਝ ਖੁੱਲਾ ਪਿਆ ਖੰਡਾਇਆ ਪਿਆ ਸਮਾਨ ਦੇਖ ਸਕਦੇ ਹੋ ਕਿਸ ਪ੍ਰਕਾਰ ਲੱਗਦਾ ਕੋਈ ਲੁੱਟ ਦੀ ਕੋਸ਼ਿਸ਼ ਨਾਲ ਆਇਆ ਸੀ ਜਿਸ ਤੋਂ ਬਾਅਦ ਪਹਿਲਾਂ ਬੰਨ ਕੇ ਲੁੱਟ ਕੀਤੀ ਜਾ ਸਕਦੀ ਹੋਈ ਕੀਤੀ ਹੋਏਗੀ ਜਾਂ ਫਿਰ ਬਾਅਦ ਦੇ ਵਿੱਚ ਮਾਰਿਆ ਵੀ ਹੋਏਗਾ ਅਜਿਹਾ ਹੀ ਜਿਹੜਾ ਸਭ ਕੁਝ ਸਾਹਮਣੇ ਆ ਰਿਹਾ ਫਿਲਹਾਲ ਮੋਢਲੀਆਂ ਤਸਵੀਰਾਂ ਤੋਂ ਦੇਖ ਕੇ ਕਿਉਂਕਿ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਖਾਸ ਤੌਰ ਤੇ ਜਿਹੜੀਆਂ ਤਸਵੀਰਾਂ ਨੇ ਜਿਸ ਦੇ ਵਿੱਚੋਂ ਸਮਾਨ ਖੰਡਾਇਆ ਪਿਆ ਹੈ ਘਰ ਦਾ ਅਲਮਾਰੀਆਂ ਦੇਖ ਸਕਦੇ ਹੋ ਕਬੂਰਡ ਦੇਖ ਸਕਦੇ ਹੋ ਕੋਈ ਵੀ ਜਗਾ ਵੈਰੀਆਂ ਨੇ ਨਹੀਂ ਛੱਡੀ ਐ ਪਰ ਉਸ ਤੋਂ ਬਾਅਦ ਇਹ ਗੱਲ ਵੀ ਹੈਰਾਨੀਜਨਕ ਹੈ ਕਿ ਜਦੋਂ লাশ ਮਿਲੀ ਤਿੰਨੋਂ ਅਲੱਗ-ਅਲੱਗ ਕਮਰਿਆਂ ਚੋਂ ਤੇ লাশ ਦੇ ਹੱਥ ਪੈਰ ਬੰਨੇ ਹੋਏ ਸੀ ਤਾਂ ਪੁਲਿਸ ਫਿਲਹਾਲ ਇਹੀ ਕਹਿ ਰਹੀ ਹੈ ਕਿ ਹੋ ਸਕਦਾ ਲੁੱਟ ਦੀ ਕੋਸ਼ਿਸ਼ ਨਾਲ ਆਏ ਹੋਣ ਵੈਰੀ ਤੇ ਬਾਅਦ ਦੇ ਵਿੱਚ ਮਾਰ ਵੀ ਦਿੱਤਾ ਹੋਵੇ ਕਿਉਂਕਿ ਲੁੱਟਿਆ ਹੋਊਗਾ ਜਦੋਂ ਤਾਂ ਉਹ ਹੱਥ ਪੈਰ ਬੰਨਤੇ ਹੋਣਗੇ ਤੇ ਬਾਅਦ ਦੇ ਵਿੱਚ ਆ ਸਾਰਾ ਘਰ ਫਰੋਲਿਆ ਹੋਊਗਾ ਪਰ ਬਾਦ ਦੇ ਵਿੱਚ ਪਤਾ ਨਹੀਂ ਕੀ ਅਜਿਹਾ ਹੋਇਆ ਹੋਣਾ ਜਦੋਂ ਇਹਨਾਂ ਨੂੰ ਮੌਤ ਦੇ ਘਾਟ ਹੀ ਉਤਾਰਤਾ ਤਾਂ ਦੇਖ ਸਕਦੇ ਹੋ ਪਤੀ ਪਤਨੀ ਤੇ ਇਹਨਾਂ ਦੀ ਪਰਜਾਈ ਨੂੰ ਮੌਤ ਦੇ ਘਾਟ ਉਤਾਰਤਾ ਪੂਰਾ ਸਨਸਨੀ ਖੇਜ ਦੇਖ ਸਕਦੇ ਹੋ ਕਾਂਡ ਕਰਕੇ ਗਏ ਨੇ ਦੱਸਦੀਏ ਕਿ ਨਾਂ ਜਿਹੜੇ ਦੱਸੇ ਜਾ ਰਹੇ ਨੇ ਮ੍ਰਿਤਕਾਂ ਦੇ ਨਾਂ ਨੇ ਇਕਬਾਲ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਤੇ ਪਰਜਾਈ ਉਸ ਦੀ ਸੀਤਾ ਕੌਰ ਜਿਸ ਦਾ ਕਤਲ ਕਰ ਦਿੱਤਾ ਗਿਆ ਤਾਂ ਬੇहद ਭਿਆਨਕ ਕਤਲ ਦੀ ਤਸਵੀਰ ਸામਨੇ ਆ ਰਹੀ ਹੈ ਤਰਨਤਾਰਨ ਦੇ ਵਿੱਚ ਵੱਡਾ ਕਤਲ ਹੋਇਆ ਤਿੰਨ ਮਰਡਰ ਜਿਹੜੇ ਆ ਇੱਕੋ ਪਰਿਵਾਰ ਦੇ ਜੀਆ ਦੇ ਘਰ ਦਿੱਤੇ ਗਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਖੌਫਨਾਕ ਨੇ ਡਰਾ ਦੇਣ ਵਾਲੀਆਂ ਰੂਹ ਕੰਬਾਉ ਤਸਵੀਰਾਂ ਦੇਖ ਸਕਦੇ ਹੋ ਕੀ ਮਾਹੌਲ ਪੰਜਾਬ ਦਾ ਇਸ ਵਕਤ ਬਣਿਆ ਪਿਆ ਕੀ ਮਾਹੌਲ ਬਣਿਆ ਪਿਆ ਪੰਜਾਬ ਦਾ ਇਸ ਵਕਤ ਸਿੱਧੀਆਂ ਤਸਵੀਰਾਂ ਤੁਹਾਨੂੰ ਤਰਨਤਾਰਨ ਦੇ ਹਰੀਕੇਪੱਤਨ ਕਸਬਾ ਦੇ ਪਿੰਡ ਟੁੰਗ ਦੀਆਂ ਦਿਖਾ ਰਹੇ ਹਾਂ ਜਿੱਥੇ ਪਰਿਵਾਰਕ ਮੈਂਬਰ ਪਹੁੰਚਿਆ ਵਿਰਲਾਪ ਕਰ ਰਿਹਾ ਹੈ ਹੋਰ ਰਿਸ਼ਤੇਦਾਰ ਵੀ ਪਹੁੰਚੇ ਨੇ ਸਾਖ ਸਬੰਧੀ ਪਹੁੰਚੇ ਆ ਪਰ ਜਿਹੜਾ ਮਰਡਰ ਹੋਇਆ ਹੈ ਕਿਤੇ ਨਾ ਕਿਤੇ ਜਾਂਚ ਦਾ ਵਿਸ਼ਾ ਜ਼ਰੂਰ ਆ ਪਰ ਅਸੀਂ ਲਗਾਤਾਰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਲਾਅ ਐਂਡ ਆਰਡਰ ਦੀ ਸਥਿਤੀ ਵੱਤ ਤੋਂ ਵੱਧ ਹੁੰਦੀ ਜਾ ਰਹੀ ਹੈ ਦੰਧਿਆੜੇ ਜਿਹੜੇ ਕਾਤਲ ਹੁੰਦੇ ਜਾ ਰਹੇ ਨੇ ਲੁੱਟਨੀਆਂ ਬਾਰਦਾਤਾਂ ਵੱਧ ਰਹੀਆਂ ਨੇ ਇਹਨਾਂ ਵੱਲ ਵੀ ਜਿਹੜਾ ਧਿਆਨ ਦਿੱਤਾ ਜਾਵੇ ਤਾਂ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖ